वाहेगुरु जी का खालसा वाहेगुरु जी की फतेह। असी पिंड राउणी कलां राउणी खुरद ते उधमपुर नाला साडे पिंडे पानी दी टैंकी है जिहड़ी तीन पिंडां नूं सप्लाई जांदी आ। इस ते अज तों 6 दिन पहलां इक चिप वाला मीटर लगा गए सी जिहदा असी तिन्नां पिंडां ने पूरा विरोध करिया सी ते असी प्रशासन नूं बेनती भी कीती सी, बकायदा लिख के दित्ता सी तीन पिंडां ने भी इहनूं 3-4 दिन च पट दित्ता जावे, नहीं असी अपनी अगली कार्रवाई करांगे। सो प्रशासन ने साडी 4 दिन हो गए, किसी ने कोई नहीं सुनी, कोई मीटर नहीं बदलना आ। सो इस करके अज असी फिर तिन्नां पिंडां दा इकट्ठ करके हुण असी अपनी रणनीति तैयार कर रहे हैं भी असी हो सकदा मरिंडा तों चमकौर साहब रोड ते धरना लावांगे प्रशासन दे खिलाफ ते सरकार दे खिलाफ। साडी तां मंग इही है कि सानूं इन्ना मजबूर ना करो, असी किसी नूं परेशान नहीं करना चाहुंदे धरना ला के, कोई राहगीर परेशान ना होवे। साडी प्रशासन नूं बेनती है कि मीटर नूं पट के साडा पुराने वाला ही मीटर लगा दित्ता जावे। ਸਰ ਜਿਹੜਾ ਇੱਥੇ ਮੀਟਰ ਦੇ ਬਾਰੇ ਇਕੱਠ ਕੀਤਾ ਪਿੰਡ ਰੌਣੀ ਕਲਾਂ ਦੇ ਵਿੱਚ, ਇਹ ਪਿੰਡ ਵਾਸੀਆਂ ਨੂੰ ਸ਼ੱਕ ਸੀ ਕਿ ਚਿੱਪ ਵਾਲਾ ਮੀਟਰ ਹੈ, ਕੀ ਮਸਲਾ ਸੀ? ਇਹ ਸਰ ਚਿੱਪ ਵਾਲਾ ਮੀਟਰ ਜੀ ਨਾ, ਇਹਦੇ 'ਚ ਕੋਈ ਸਿਮ ਕਾਰਡ ਆ ਜੀ, ਸਮਾਰਟ ਮੀਟਰ ਆ ਜੀ ਇਹ, ਪਰ ਪਿੰਡ ਵਾਸੀਆਂ ਦੀ ਫਿਰ ਵੀ ਤਸੱਲੀ ਕਰਾਉਣ ਵਾਸਤੇ ਅਸੀਂ ਇਹ ਮੀਟਰ ਉਤਾਰ ਕੇ ਦੂਜਾ ਅਸੀਂ ਲਾਉਣ ਦੀ ਗੱਲ ਕਰਾਂਗੇ, ਉੱਚ ਅਧਿਕਾਰੀਆਂ ਨਾਲ ਗੱਲ ਕਰ ਲਈਏ ਜੀ। ਆਰਡਰ ਹੋ ਗਿਆ ਜਿਹਨੂੰ ਉਤਾਰਨ ਦੇ ਤਿੰਨ ਮਿੰਟ ਉਹ ਬੰਦੇ ਆ ਜਿਹੜਾ ਜਾਰੀ ਕਰਦਾ ਉਹ ਬੰਦੇ ਦਾ ਨਾਮ ਕਰ ਰਹੇ ਹਨ, ਜਦੋਂ ਮੀਟਰ ਜਾਰੀ ਹੋ ਕੇ ਆ ਗਿਆ ਚੇਂਜ। ਸਰ ਕਦੋਂ ਲਗਾਇਆ ਸੀ ਮੀਟਰ ਜੀ ਇਹ? 4 ਦਿਨ ਪਹਿਲਾਂ। ਚਾਰ ਦਿਨ ਪਹਿਲਾਂ ਜੀ? ਹਾਂਜੀ। ਰੌਣੀ ਕਲਾਂ ਜੀ ਇੱਥੇ ਮੀਟਰ ਲੱਗਿਆ ਸੀਗਾ ਜਿਹਦੇ ਇਹ ਸੀਗਾ ਕਿ ਚਿੱਪ ਵਾਲਾ ਮੀਟਰ ਹੈ, ਅਤੇ ਇਹਦਾ ਕੀ ਮਸਲਾ ਹੈ ਜੀ? ਅੱਜ ਜਿਹੜਾ ਕੱਟ ਕੀਤਾ ਕਿਉਂ ਕੀਤਾ ਸੀਗਾ ਜੀ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੇ ਉਰੇ ਪਾਣੀ ਵਾਲੀ ਟੈਂਕੀ 'ਤੇ ਜੋ ਚਿੱਪ ਵਾਲਾ ਮੀਟਰ ਲਾਇਆ ਸੀ ਉਹਦੇ ਸੰਬੰਧ 'ਚ ਅਸੀਂ 4 ਦਿਨ ਦਾ ਟਾਈਮ ਦਿੱਤਾ ਸੀ ਮਹਿਕਮੇ ਨੂੰ। ਸੋ ਉਹਦੇ ਸੰਬੰਧ ਵਿੱਚ ਅੱਜ ਅਸੀਂ ਤਿੰਨਾਂ ਪਿੰਡਾਂ ਨੇ ਇਕੱਠ ਕਰਕੇ ਜਾਮ ਲਾਉਣਾ ਸੀ, ਪਰ ਸਾਡੇ ਇਕੱਠ ਨੂੰ ਜਾਮ ਲਾਉਣ ਤੋਂ ਪਹਿਲਾਂ ਹੀ ਸਾਡੇ ਕੋਲ ਨਾਇਬ ਤਹਿਸੀਲਦਾਰ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ, DSP ਚਮਕੌਰ ਸਾਹਿਬ ਸਰ ਗੁਰਦੇਵ ਸਿੰਘ ਜੀ ਅਤੇ SHO ਚਮਕੌਰ ਸਾਹਿਬ, SHO CD ਥਾਣਾ ਮਰਿੰਡਾ ਅਤੇ ਬਿਜਲੀ ਮਹਿਕਮੇ ਦੇ JI ਸਾਹਿਬ ਰਜਿੰਦਰ ਸਿੰਘ ਜੀ, ਉਹਨਾਂ ਨੇ ਆ ਕੇ ਸਾਨੂੰ ਪੂਰਾ ਭਰੋਸਾ ਦਿੱਤਾ, ਜਿਸ ਦੀ ਕਿ ਵਾਈਟ ਪੱਤਰਕਾਰ ਸਾਹਿਬਾਂ ਕੋਲ ਵੀ ਹੈ ਕਿ ਵੀ ਅਸੀਂ ਇਹ 2-3 ਦਿਨ ਦੇ ਵਿੱਚ ਮੀਟਰ ਇਹਨੂੰ ਪੱਟ ਕੇ ਪੁਰਾਣਾ ਮੀਟਰ ਜਿਉਂ ਦਾ ਤਿਉਂ ਹੀ ਲਗਾ ਜਾਵਾਂਗੇ। ਅੱਜ ਤੁਹਾਨੂੰ ਤਸੱਲੀ ਹੈ ਜੀ ਜਿਹੜਾ ਅੱਜ ਹੋਇਆ? ਜੀ ਹਾਂ, ਅਸੀਂ ਆਪਣੇ ਤਹਿਸੀਲਦਾਰ ਸਾਹਿਬ ਦੇ ਉਹਨਾਂ ਦੇ ਕਹਿਣ ਪਰ ਅਸੀਂ ਤਸੱਲੀ ਮੰਨ ਡਿਪਟੀ ਔਰ ਤਹਿਸੀਲਦਾਰ ਸਾਹਿਬ ਦੇ ਕਹਿਣ ਪਰ ਸਾਨੂੰ ਪੂਰੀ ਤਸੱਲੀ ਹੈ। ਜਿਸ ਦਿਨ ਮੀਟਰ ਲੱਗਿਆ ਤੁਹਾਨੂੰ ਪਤਾ ਹੀ ਹੈ? ਨਹੀਂ ਜੀ, ਸਾਨੂੰ ਕੁਛ ਨਹੀਂ ਪਤਾ ਜੀ, ਇਹ ਮੀਟਰ 1 ਵਜੇ ਚੋਰੀ ਛਿਪੇ ਲਾ ਕੇ ਗਏ ਸੀ ਬਿਜਲੀ ਮਹਿਕਮੇ ਵਾਲੇ। ਸਾਡੇ ਨਾ ਪਿੰਡ ਦੇ ਕਿਸੇ ਲੰਬੜਦਾਰ, ਨਾ ਸਰਪੰਚ ਨੂੰ, ਨਾ ਪੰਚ ਨੂੰ, ਨਾ ਚੌਂਕੀਦਾਰ ਨੂੰ, ਕਿਸੇ ਨੂੰ ਨਹੀਂ ਸੀ ਦੱਸਿਆ ਜੀ, ਨਾ ਇੱਥੋਂ ਤੱਕ ਕਿ ਜੋ ਇੱਥੇ ਓਪਰੇਟਰ ਹੈ ਉਹਨੂੰ ਵੀ ਨਹੀਂ ਬੁਲਾਇਆ। ਸਰ ਅੱਜ ਜਿਹੜਾ ਇੱਥੇ ਮੀਟਰ ਦੀ ਬਾਬਤ ਇਕੱਠ ਕੀਤਾ ਸੀਗਾ ਰੌਣੀ ਦੇ ਵਿੱਚ, ਅਤੇ ਉਹਦੇ 'ਚ ਕੀ ਹੱਲ ਹੋਇਆ ਜੀ ਉਹਦਾ ਹੁਣ? ਸਰਪੰਚ ਸਾਹਿਬ ਨੇ ਸਾਡੇ ਧਿਆਨ 'ਚ ਲਿਆਂਦਾ ਸੀਗਾ ਵੀ ਇਹਨਾਂ ਦਾ ਜਿਹੜਾ ਪਿੰਡ ਰੌਣੀ ਦੀ ਵਾਟਰ ਟੈਂਕ 'ਤੇ ਮੀਟਰ ਲੱਗਿਆ ਵੀ ਉਹ ਮੀਟਰ ਚੇਂਜ ਕਰਕੇ ਕੋਈ ਨਵਾਂ ਮੀਟਰ ਲੱਗਿਆ, ਜਿਹਦਾ ਇਹਨਾਂ ਨੂੰ ਇਹ ਸੰਦੇਹ ਸੀ ਕਿ ਇਹ ਮੀਟਰ ਜਿਹੜਾ ਹੈਗਾ ਇਹ ਜਿਹੜੇ ਨਵੇਂ ਮੀਟਰ ਚਿੱਪ ਵਾਲੇ ਲੱਗ ਰਿਹਾ ਉਹ ਹੈ। ਮੌਕੇ 'ਤੇ JI ਸਾਹਿਬ ਅਤੇ ਮਾਨਯੋਗ ਤਹਿਸੀਲਦਾਰ ਸਾਹਿਬ ਅਤੇ ਮੈਂ ਅਸੀਂ ਤਿੰਨੇ ਮੌਕੇ 'ਤੇ ਆਏ ਹਾਂ। JI ਸਾਹਿਬ ਨੇ ਮੀਟਰ ਚੈੱਕ ਕਰਕੇ ਆਪਣੇ ਸੀਨੀਅਰ ਅਫਸਰਾਂ ਵਾਲਿਆਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਦੱਸਿਆ ਵੀ ਇਹ ਮੀਟਰ ਉਹ ਨਹੀਂ ਹੈ, ਪਰੰਤੂ ਫਿਰ ਵੀ ਜੋ JI ਸਾਹਿਬ ਨੇ ਸਾਨੂੰ ਦੱਸਿਆ ਵੀ ਉਹ ਨਵਾਂ ਜਿਹੜਾ ਪੁਰਾਣਾ ਪਹਿਲਾਂ ਮੀਟਰ ਜਿਹੜੇ ਹੁੰਦੇ ਸੀ ਉਹੀ ਇਸ਼ੂ ਕਰਾ ਕੇ ਉਹੀ ਦੁਆਰਾ ਜਿਹੜਾ ਹੈਗਾ ਇੱਥੇ ਮੌਕੇ 'ਤੇ ਲਾਇਆ ਜਾ ਰਿਹਾ। ਆਹ ਜਿਹੜਾ ਮੀਟਰ ਦਾ ਜਿਹੜਾ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਅਤੇ ਪਿੰਡ ਵਾਸੀਆਂ ਨੂੰ ਸੰਦੇਹ ਸੀ ਕਿ ਇਹ ਮੀਟਰ ਜਿਹੜਾ ਹੈਗਾ ਇਹ ਕੋਈ ਨਵੇਂ ਕਿਸਮ ਦਾ ਮੀਟਰ ਹੈ, ਉਹ ਮੀਟਰ ਦੀ ਜਗ੍ਹਾ ਜਿਹੜੇ ਪੁਰਾਣੇ ਮੀਟਰ ਹੁੰਦੇ ਉਹ ਲੱਗ ਜਾਏਗਾ, ਕੋਈ ਕਿਸੇ ਤਰ੍ਹਾਂ ਦੀ ਪਿੰਡ 'ਚ ਸਮੱਸਿਆ ਨਹੀਂ। ਪਿੰਡ ਵਾਸੀ ਬਹੁਤ ਕੋਆਪਰੇਟਿਵ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਾ ਐਂਡ ਆਰਡਰ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਜਿਹੜੀ ਬਿਲਕੁਲ ਮੌਕੇ 'ਤੇ ਠੀਕ ਹੋ ਗਈ ਹੈ।